ਡਿਪਰੈਸ਼ਨ ਦਿਨਾਂ 'ਚ ਵੀ ਠੀਕ ਹੋ ਸਕਦਾ ਹੈ ਭਾਵੇਂ ਤੁਸੀਂ 15 ਸਾਲ ਤੋਂ ਗੋਲੀ ਖਾ ਰਹੇ ਹੋ 20 ਸਾਲ ਤੋਂ ਖਾ ਰਹੇ ਹੋ ਭਾਵੇਂ 2 ਮਹੀਨੇ ਤੋਂ ਖਾ ਰਹੇ ਹੋ ਮੈਂ ਪਿਛਲੇ 17 ਸਾਲ ਤੋਂ ਕਾਉਂਸਲਿੰਗ ਪ੍ਰੋਫੈਸ਼ਨ ਦੇ ਵਿੱਚ ਹਾਂ ਅਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਦੇ ਨਾਲ ਹੀ ਕਾਉਂਸਲਿੰਗ ਕਰਦਾ ਅਤੇ ਉਹਦੇ ਨਾਲ ਹੀ ਡਿਪਰੈਸ਼ਨ ਦਾ ਇਲਾਜ ਕਰਦਾ ਲੁਧਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਇਹ ਪਹਿਲਾ ਸੈਸ਼ਨ ਹੋਣ ਜਾ ਰਿਹਾ ਆਡੀਟੋਰੀਅਮ ਸੈਸ਼ਨ ਆ ਜਿਹੜਾ ਲੁਧਿਆਣਾ ਇਸ਼ਮੀਤ ਮਿਊਜ਼ਿਕ ਅਕੈਡਮੀ ਦੇ ਵਿੱਚ ਜੁਲਾਈ ਦੇ ਦੂਜੇ ਹਫ਼ਤੇ ਐਤਵਾਰ ਹੋਊਗਾ ਮੇਨ ਸਾਡਾ ਕੌਨਸੈਪਟ ਕੀ ਹੈ ਅ ਕੌਨਸੈਪਟ ਆਫ ਹੈਪੀ ਲਾਈਫ ਜਿਹਨੂੰ ਅਸੀਂ ਕਹਿੰਦੇ ਲਾਈਫ ਚੇਂਜਿੰਗ ਕੌਨਸੈਪਟ ਤੁਸੀਂ ਜਦੋਂ ਇਹ ਅਟੈਂਡ ਕਰੋਗੇ ਨਾ ਸੈਸ਼ਨ ਤੁਹਾਡਾ ਜ਼ਿੰਦਗੀ ਦੇ ਪ੍ਰਤੀ ਨਜ਼ਰੀਆ ਹੀ ਚੇਂਜ ਹੋ ਜੂਗਾ ਜਿਹੜਾ ਡਿਪਰੈਸ਼ਨ ਓਵਰ ਥਿੰਕਿੰਗ ਜਾਂ ਨੈਗੇਟਿਵ ਥੋਟਸ ਇੱਕੋ ਚੀਜ਼ ਬਾਰੇ ਸੋਚੀ ਜਾਣਾ ਲੋ ਕੌਨਫੀਡੈਂਸ ਡਿਪਰੈਸ਼ਨ ਕੀ ਹੈ ਮਨ ਦੇ ਵਿਚਾਰਾਂ ਦਾ ਹੋਲਡ ਰੁਕਾਵਟ ਇੱਕ ਜਗ੍ਹਾ ਠੀਕ ਹੈ ਅੱਗੇ ਨਹੀਂ ਵੱਧ ਰਹੇ ਉਸੇ ਦਾਇਰੇ 'ਚ ਘੁੰਮੀ ਜਾਣਾ ਉਹ ਜਿਵੇਂ ਜਿਵੇਂ ਵਧੀ ਜਾਂਦਾ ਉਹਨੂੰ ਸਟ੍ਰੈਸ ਕਹਿ ਦਿੰਦੇ ਹਾਂ ਉਹ ਤੋਂ ਬਾਅਦ ਓਵਰ ਥਿੰਕਿੰਗ ਹੋ ਜਾਂਦੀ ਹੈ ਫਿਰ ਉਹਦੇ ਨਾਲ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਕੀ ਕਰਦਾ ਇਹ ਸਾਡੇ ਬ੍ਰੇਨ 'ਚ ਨਾ ਨਿਊਰੋਨਸ ਨੇ ਨਿਊਰੋਨ ਨੂੰ ਆਪਾਂ ਇੱਕ ਫੈਕਟਰੀ ਕਹਿ ਲਈਏ ਪੰਜਾਬੀ ਦੇ ਵਿੱਚ ਉਹ ਫੈਕਟਰੀ ਨਾ ਕਈ ਤਰ੍ਹਾਂ ਦੇ ਕੈਮੀਕਲ ਬਣਾਉਂਦੀ ਹੈ ਉਹ ਨਿਊਰੋਨਸ ਇੱਕ ਸੈਰਾਟੋਨਿਨ ਕੈਮੀਕਲ ਹੈ ਇੱਕ ਡੋਪਾਮਾਈਨ ਕੈਮੀਕਲ ਹੈ ਜਿਹੜੇ ਖੁਸ਼ੀ ਵਾਲੇ ਕੈਮੀਕਲ ਹੈ ਸਾਨੂੰ ਚੰਗਾ ਫੀਲ ਹੁੰਦਾ ਹੈ ਜਿਹੜਾ ਬੰਦਾ ਓਵਰ ਸਟ੍ਰੈਸ ਰਹਿੰਦਾ ਓਵਰ ਥਿੰਕਿੰਗ ਕਰਦਾ ਨਾ ਇਹ ਫੈਕਟਰੀ ਉਹ ਪ੍ਰੋਡਕਟ ਬਣਾਉਣਾ ਬੰਦ ਕਰ ਦਿੰਦੀ ਹੈ ਜਿਹਨੂੰ ਹੈਪੀ ਹਾਰਮੋਨਸ ਆਪਾਂ ਕਹਿ ਰਹੇ ਹਾਂ ਜੇ ਬਹੁਤ ਦੇਰ ਤੱਕ ਇਹ ਬੰਦ ਹੋ ਜਾਣ ਨਾ ਬਣਨੇ ਬਹੁਤ ਦੇਰ ਤੱਕ ਬੰਦਾ ਉਦਾਸ ਰਹੇ ਖਿਝਿਆ ਰਹੇ ਜਾਂ ਗੁੱਸੇ 'ਚ ਰਹੇ ਫਿਰ ਇਹ ਫੈਕਟਰੀ ਬੰਦ ਹੋ ਜਾਂਦੇ ਨਿਊਰੋਨਸ ਬਣਨੇ ਚੱਲਣੀ ਉਹ ਬੰਦ ਹੋ ਜਾਂਦੀ ਹੈ ਇਹ 'ਚ ਕਦੇ ਵੀ ਹੈਪੀ ਹਾਰਮੋਨਸ ਨਹੀਂ ਬਣਦੇ ਜਿਹਦੇ ਨਾਲ ਫਿਰ ਤੁਸੀਂ ਬਹੁਤ ਦੇਖਿਆ ਹੋਣਾ ਲੋਕਾਂ ਨੂੰ ਵੀ ਫਿਰ ਉਹ ਕਹਿੰਦੇ ਸਾਨੂੰ ਡਿਪਰੈਸ਼ਨ ਹੋ ਗਿਆ ਵੀ ਸਾਨੂੰ ਕੁਛ ਵੀ ਚੰਗਾ ਨਹੀਂ ਲੱਗਦਾ ਡਿਪਰੈਸ਼ਨ 100% ਕਿਉਰੇਬਲ ਹੈ ਇਹ ਸੈਸ਼ਨ ਇਸੇ ਲਈ ਅਸੀਂ ਪੰਜਾਬ ਤੋਂ ਸ਼ੁਰੂ ਕਰਿਆ ਦੇਖੋ ਜਿਹੜੀ ਮੇਰੀ ਫਿਲੋਸਫੀ ਇਹ ਹੈ ਜੇ ਮੇਰੀ ਜ਼ਿੰਦਗੀ ਬਹੁਤ ਕੀਮਤੀ ਹੈ ਤਾਂ ਤੁਹਾਡੀ ਵੀ ਜ਼ਿੰਦਗੀ ਉਨੀ ਓ ਕੀਮਤੀ ਹੈ ਤੁਹਾਡੇ ਬੱਚਿਆਂ ਦੀ ਵੀ ਉਨੀ ਓ ਕੀਮਤੀ ਹੈ ਜ਼ਿੰਦਗੀ ਦਾ ਇੱਕ ਇੱਕ ਸੈਕਿੰਡ ਇੱਕ ਇੱਕ ਪਲ ਬਹੁਤ ਕੀਮਤੀ ਇਹਨੂੰ ਜ਼ਾਇਆ ਨਾ ਕਰੀਏ ਸਾਡੇ ਵਰਗੇ ਐਕਸਪਰਟ ਨੇ ਸਾਨੂੰ ਐਕਸਪੀਰੀਅੰਸ ਹੈ 16-17 ਸਾਲਾਂ ਦਾ ਅੱਗੇ ਵੀ ਸਾਡੀ ਰਿਸਰਚ ਚੱਲਦੀ ਪਈ ਹੈ ਹੁਣ ਇੱਕ ਚਲੋ ਆਪਾਂ ਕਹਿੰਦੇ ਹਾਂ ਇੱਕ ਮੁੰਡਾ ਆ ਗਿਆ ਉਹਦਾ ਰਿਲੇਸ਼ਨਸ਼ਿਪ ਸੀਗਾ ਕਿਸੇ ਕੁੜੀ ਨਾਲ ਜਾਂ ਕੁੜੀ ਦਾ ਮੁੰਡੇ ਨਾਲ ਉਹ ਰਿਲੇਸ਼ਨਸ਼ਿਪ ਟੁੱਟ ਗਿਆ ਕਿਸੇ ਕਾਰਨ ਕਰਕੇ ਦੋਨੇ ਜਾਣਾ ਕੋਈ ਨਾ ਕੋਈ ਉਹਨਾਂ 'ਚੋਂ ਡਿਪਰੈਸ਼ਨ 'ਚ ਚਲੇ ਗਿਆ ਹੁਣ ਉਹਨੂੰ ਕਹੇ ਤੂੰ ਛੱਡ ਦੇ ਪੁਰਾਣੀਆਂ ਗੱਲਾਂ ਭੁੱਲ ਜਾ ਜਿਹੜੀ ਚੀਜ਼ਾਂ ਆਪਾਂ ਸਾਡੇ ਨਾਲ ਬੀਤ ਚੁੱਕੀਆਂ ਜਾਂ ਹੋ ਚੁੱਕੀਆਂ ਉਹ ਬੰਦਾ ਕਦੇ ਨਹੀਂ ਭੁੱਲ ਸਕਦਾ ਕਹਿਣ ਦੀਆਂ ਗੱਲਾਂ ਨੇ ਜਿਵੇਂ ਇੱਕ ਸੱਟ ਫੱਟ ਲੱਗ ਗਿਆ ਸਰੀਰ 'ਤੇ ਨਿਸ਼ਾਨ ਤਾਂ ਉਹਦਾ ਰਹਿਣਾ ਹੀ ਰਹਿਣਾ ਸੇਮ ਵੇ ਮਨ 'ਤੇ ਜਦੋਂ ਕਿਸੇ ਗੱਲ ਦਾ ਅਸਰ ਹੁੰਦਾ ਨਾ ਉਹ ਮਨ ਦੇ ਅੰਦਰ ਪਈਆਂ ਨੇ ਚੀਜ਼ਾਂ ਪਰ ਅਸੀਂ ਕੀ ਕਰਦੇ ਹਾਂ ਉਹਨੂੰ ਹਮੇਸ਼ਾ ਜਗਾ ਕੇ ਰੱਖਦੇ ਹਾਂ ਉਹਦੇ ਬਾਰੇ ਸੋਚਦੇ ਹਾਂ ਗੱਲ ਕਰਦੇ ਹਾਂ ਮੂਵ ਔਨ ਹੋਣ ਦਾ ਮਤਲਬ ਇਹ ਹੈ ਵੀ ਜ਼ਿੰਦਗੀ ਕਿਸੇ ਲਈ ਨਹੀਂ ਰੁਕਦੀ ਜੇ ਮੇਰੇ ਨਾਲ 10 ਸਾਲ ਪਹਿਲਾਂ ਕੁਛ ਹੋਇਆ ਤਾਂ ਉਮਰ ਤਾਂ ਮੇਰੀ ਅੱਜ ਵੀ ਵੱਧਦੀ ਪਈ ਹੈ ਉਮਰ ਤਾਂ ਨਹੀਂ ਰੁਕੀ ਹੁਣ ਜੇ ਆਪਾਂ ਇਵੈਂਟ ਦੀ ਗੱਲ ਕਰੀਏ ਤਾਂ ਇਵੈਂਟ ਦੇ ਉੱਤੇ ਆਪਾਂ ਕਿੰਨੀ ਏਜ ਤੱਕ ਦੇ ਪ੍ਰੈਫਰ ਕਰ ਰਹੇ ਦੇਖੋ ਓਪਨ ਫਾਰ ਆਲ ਇਹ ਜੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹੈ ਕਿਉਂਕਿ ਇਹਦੇ ਵਿੱਚ ਆਪਾਂ ਤੁਹਾਨੂੰ ਨੌਲੇਜ ਅਤੇ ਅਵੇਅਰ ਕਰਨਾ ਦੇਖੋ ਬੱਚਿਆਂ ਨੂੰ ਜੇ ਅੱਜ ਅਵੇਅਰਨੈਸ ਹੋ ਜੂਗੀ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਆਪ ਨੂੰ ਮੈਨੇਜ ਕਰ ਲੈਣਗੇ ਜੇ ਕੋਈ ਸਟ੍ਰੈਸ ਵਰਗੀ ਪ੍ਰੋਬਲਮ ਆਉਂਦੀ ਹੈ ਪਰ ਜੇ ਕੋਈ ਇਸ ਪ੍ਰੋਬਲਮ ਦੇ ਵਿੱਚ ਹੈਗਾ ਤਾਂ ਉਹ ਜ਼ਰੂਰ ਆਵੇ ਅਟੈਂਡ ਕਰੇ ਫੀਸ ਬਹੁਤ ਵਾਜਿਬ ਰੱਖੀ ਅਸੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੈਮ ਟੀਵੀ ਨਾਲ ਜੁੜੇ ਹੋ ਤੁਸੀਂ ਅਤੇ ਮੈਂ ਹਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਹਿੰਦੇ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਅੱਜ ਦੇ ਟਾਈਮ 'ਚ ਉਹ ਸੈਸ਼ਨਾਂ ਦਾ ਦੌਰ ਚੱਲ ਰਿਹਾ ਇਵੈਂਟਾਂ ਦਾ ਦੌਰ ਚੱਲ ਰਿਹਾ ਆਪਾਂ ਨਾ ਆਇਲਸ ਸੈਂਟਰਾਂ ਦੇ ਵਿੱਚ ਜਾਣਾ ਸ਼ੁਰੂ ਕਰ ਦਿੰਦੇ ਹਾਂ ਆਇਲਸ ਸੈਂਟਰਾਂ ਦੇ ਸੈਸ਼ਨਾਂ ਦੇ ਵਿੱਚ ਜਾਣਾ ਸ਼ੁਰੂ ਕਰਦੇ ਹਾਂ ਆਪਾਂ ਟਾਰਗੇਟ ਨਹੀਂ ਕਰ ਰਹੇ ਕਿਸੇ ਨੂੰ ਹੋਰ ਵੀ ਬੜੇ ਨੇ ਜਿਵੇਂ ਹੋਰ ਕੰਪਨੀਆਂ ਜਿਹੜੀਆਂ ਪ੍ਰਮੋਟ ਕਰਦੀਆਂ ਨੇ ਆਪਣੇ ਆਪ ਨੂੰ ਉਹਨਾਂ ਇਵੈਂਟਾਂ 'ਤੇ ਜਾਂਦੇ ਹਾਂ ਪਰ ਆਪਾਂ ਕਦੇ ਵੀ ਨਾ ਉਹ ਸੈਸ਼ਨਾਂ 'ਤੇ ਨਹੀਂ ਜਾਂਦੇ ਜਿਹਦੇ ਸੈਸ਼ਨਾਂ ਤੋਂ ਆਪਾਂ ਨੂੰ ਆਪਣੇ ਆਪ ਨੂੰ ਰਿਲੀਫ ਮਿਲਦੀ ਹੋਵੇ ਮੈਂ ਗੱਲ ਕਰਨ ਜਾ ਰਿਹਾ ਉਸ ਟੌਪਿਕ ਦੇ ਬਾਰੇ ਜਿਸ ਨੂੰ ਲੈ ਕੇ ਇਨਸਾਨ ਆਪਣੇ ਆਪ ਨੂੰ ਠੀਕ ਦੱਸਦਾ ਹੈ ਡਿਪਰੈਸ਼ਨ ਉਹਨੂੰ ਖੁਦ ਪਤਾ ਨਹੀਂ ਚੱਲਦਾ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੈ ਵੀ ਜਾਂ ਨਹੀਂ ਉਹਦਾ ਚਿੜਚਿੜਾਪਣ ਹੋਣਾ ਉਹਨੂੰ ਗੁੱਸਾ ਆਉਣਾ ਕੀ ਲੱਗਦਾ ਕਿ ਉਹ ਸਿਰਫ ਕੰਮ ਦੀ ਵਜ੍ਹਾ ਨਾਲ ਆ ਰਿਹਾ ਕਿ ਜਾਂ ਉਹ ਡਿਪਰੈਸ਼ਨ ਦੀਆਂ ਜਿਹੜੀਆਂ ਦਵਾਈਆਂ ਖਾ ਰਿਹਾ ਕਿ ਉਹਦੇ ਕਰਕੇ ਆ ਰਿਹਾ ਅੱਜ ਇੱਕ ਇਵੈਂਟ ਹੋਣ ਜਾ ਰਹੇ ਨੇ ਥੋੜ੍ਹੇ ਦਿਨਾਂ ਦੇ ਵਿੱਚ ਇਸ ਵੀਡੀਓ ਜਦੋਂ ਤੱਕ ਇਹ ਅਪਲੋਡ ਹੋਊਗੀ ਉਸ ਤੋਂ ਥੋੜ੍ਹੇ ਦਿਨਾਂ ਬਾਅਦ ਇੱਕ ਇਵੈਂਟ ਹੋਊਗਾ ਲੁਧਿਆਣੇ ਸ਼ਹਿਰ ਦੇ ਵਿੱਚ ਕਿਉਂਕਿ ਆਪਾਂ ਇਹ ਇਵੈਂਟ ਨਾ ਦਿੱਲੀ ਵਰਗੇ ਬੰਬੇ ਵਰਗੇ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਦੇਖਦੇ ਹੁੰਦੇ ਸੀ ਕਦੇ ਸੋ ਹੁੰਦਾ ਸੀਗਾ ਕਿ ਚਲੋ ਹੋਣਾ ਸ਼ਹਿਰਾਂ 'ਚ ਹੁੰਦੇ ਨੇ ਸਾਨੂੰ ਤਾਂ ਉਰੇ ਕਿਹੜਾ ਆ ਕੇ ਸਮਝਾਊਗਾ ਪਰ ਉਹ ਕਿਹੜਾ ਆ ਚੁੱਕਿਆ ਹੈ ਲਾਈਫ ਕੋਚ ਰਣਦੀਪ ਸਿੰਘ
ਬਹੁਤ ਵੀਡੀਓਜ਼ ਨੂੰ ਤੁਸੀਂ ਪਿਆਰ ਦਿੰਦੇ ਹੋ ਉਹਨਾਂ ਦੀਆਂ, ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਵੀ ਨੇ ਇਹ, ਆਪਾਂ ਉਹਨਾਂ ਦਾ ਸਵਾਗਤ ਵੀ ਕਰਦੇ ਹਾਂ, ਸਾਡੇ ਨਾਲ ਮੌਜੂਦ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਥੈਂਕ ਯੂ ਵੈਰੀ ਮੱਚ। ਬੰਬੇ, ਦਿੱਲੀ, ਵੱਡੇ ਵੱਡੇ ਸ਼ਹਿਰਾਂ ਵਾਲੀਆਂ ਗੱਲਾਂ ਹੁਣ ਕਹਿੰਦੇ ਪੰਜਾਬ ਦੇ ਲੁਧਿਆਣੇ ਸ਼ਹਿਰ ਦੇ ਵਿੱਚ ਵੀ ਹੋਇਆ ਕਰਨਗੀਆਂ। ਬਿਲਕੁਲ, ਇਵੈਂਟ ਬਹੁਤ ਲੋਕ ਜਾਂਦੇ ਨੇ ਵੱਖਰੇ ਵੱਖਰੀ ਕੰਪਨੀਆਂ ਦੇ ਇਵੈਂਟਸ ਦੇ ਉੱਤੇ, ਸਮਾਂ ਜਿਹੜੇ ਆਪਾਂ ਸੈਮੀਨਾਰਸ ਲੱਗਦੇ ਨੇ ਉਹਨਾਂ ਦੇ ਉੱਤੇ ਜਾਂਦੇ ਨੇ, ਪਰ ਇਨਸਾਨ ਕਦੇ ਉਸ ਇਵੈਂਟ 'ਤੇ ਨਹੀਂ ਜਾਂਦਾ ਜਿੱਥੇ ਉਹਦੇ ਸਰੀਰ ਦੀ ਗੱਲ ਹੁੰਦੀ ਹੁੰਦੀ ਹੈ, ਜਿੱਥੇ ਉਹਦੇ ਸਰੀਰ ਦੇ ਫਾਇਦੇ ਦੀ ਗੱਲ ਹੁੰਦੀ ਆ। ਕੀ ਲੱਗਦਾ ਇਵੈਂਟ ਕਰਨ ਦਾ ਆਈਡੀਆ ਆਉਣਾ, ਲੱਗਦਾ ਕਿ ਲੋਕ ਰਿਸਪੋਂਸ ਦੇਣਗੇ? ਬਿਲਕੁਲ ਜੀ, ਦੇਖੋ ਮੈਂ ਪਿਛਲੇ 17 ਸਾਲ ਤੋਂ ਕਾਊਂਸਲਿੰਗ ਪ੍ਰੋਫੈਸ਼ਨ ਦੇ ਵਿੱਚ ਹਾਂ, ਅਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲੋਸਫੀ ਦੇ ਨਾਲ ਹੀ ਕਾਊਂਸਲਿੰਗ ਕਰਦਾ, ਅਤੇ ਉਹਦੇ ਨਾਲ ਹੀ ਡਿਪਰੈਸ਼ਨ ਦਾ ਇਲਾਜ ਕਰਦਾ। ਲੁਧਿਆਣੇ ਦੇ ਵਿੱਚ, ਪੰਜਾਬ ਦੇ ਵਿੱਚ ਇਹ ਪਹਿਲਾ ਸੈਸ਼ਨ ਹੋਣ ਜਾ ਰਿਹਾ, ਆਡੀਟੋਰੀਅਮ ਸੈਸ਼ਨ ਆ ਜਿਹੜਾ ਲੁਧਿਆਣਾ ਇਸ਼ਮੀਤ ਮਿਊਜ਼ਿਕ ਅਕੈਡਮੀ ਦੇ ਵਿੱਚ ਜੁਲਾਈ ਦੇ 2 ਹਫ਼ਤੇ ਐਤਵਾਰ ਹੋਊਗਾ। ਥੱਲੇ ਦਿੱਤੇ ਨੰਬਰ 'ਤੇ ਤੁਸੀਂ ਆਪਣੀ ਸੀਟ ਬੁੱਕ ਕਰਾ ਸਕਦੇ ਹੋ। ਮੇਨ ਸਾਡਾ ਕੌਨਸੈਪਟ ਕੀ ਹੈ? ਅ ਕੌਨਸੈਪਟ ਆਫ ਹੈਪੀ ਲਾਈਫ, ਜਿਹਨੂੰ ਅਸੀਂ ਕਹਿੰਦੇ ਲਾਈਫ ਚੇਂਜਿੰਗ ਕੌਨਸੈਪਟ। ਤੁਸੀਂ ਜਦੋਂ ਇਹ ਅਟੈਂਡ ਕਰੋਗੇ ਨਾ ਸੈਸ਼ਨ, ਤੁਹਾਡਾ ਜ਼ਿੰਦਗੀ ਦੇ ਪ੍ਰਤੀ ਨਜ਼ਰੀਆ ਹੀ ਚੇਂਜ ਹੋ ਜਾਊਗਾ। ਜਿਹੜਾ ਡਿਪਰੈਸ਼ਨ, ਓਵਰ ਥਿੰਕਿੰਗ ਜਾਂ ਨੈਗੇਟਿਵ ਥੋਟਸ, ਇੱਕੋ ਚੀਜ਼ ਬਾਰੇ ਸੋਚੀ ਜਾਣਾ, ਲੋ ਕੌਨਫੀਡੈਂਸ। ਡਿਪਰੈਸ਼ਨ ਕੀ ਹੈ? ਮਨ ਦੇ ਵਿਚਾਰਾਂ ਦਾ ਹੋਲਡ, ਰੁਕਾਵਟ ਇੱਕ ਜਗ੍ਹਾ, ਠੀਕ ਹੈ, ਅੱਗੇ ਨਹੀਂ ਵੱਧ ਰਹੇ, ਉਸੇ ਦਾਇਰੇ 'ਚ ਘੁੰਮੀ ਜਾਣਾ। ਉਹ ਜਿਵੇਂ ਜਿਵੇਂ ਵਧੀ ਜਾਂਦਾ ਉਹਨੂੰ ਸਟ੍ਰੈਸ ਕਹਿ ਦਿੰਦੇ ਹਾਂ, ਉਹ ਤੋਂ ਬਾਅਦ ਓਵਰ ਥਿੰਕਿੰਗ ਹੋ ਜਾਂਦੀ ਹੈ, ਫਿਰ ਉਹਦੇ ਨਾਲ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਕੀ ਕਰਦਾ? ਇਹ ਸਾਡੇ ਬ੍ਰੇਨ 'ਚ ਨਾ ਨਿਊਰੋਨਸ ਨੇ, ਨਿਊਰੋਨ ਨੂੰ ਆਪਾਂ ਇੱਕ ਫੈਕਟਰੀ ਕਹਿ ਲਈਏ ਪੰਜਾਬੀ ਦੇ ਵਿੱਚ, ਉਹ ਫੈਕਟਰੀ ਨਾ ਕਈ ਤਰ੍ਹਾਂ ਦੇ ਕੈਮੀਕਲ ਬਣਾਉਂਦੀ ਹੈ। ਉਹ ਨਿਊਰੋਨਸ, ਇੱਕ ਸੈਰਾਟੋਨਿਨ ਕੈਮੀਕਲ ਹੈ, ਇੱਕ ਡੋਪਾਮਾਈਨ ਕੈਮੀਕਲ ਹੈ, ਜਿਹੜੇ ਖੁਸ਼ੀ ਵਾਲੇ ਕੈਮੀਕਲ ਹੈ, ਸਾਨੂੰ ਚੰਗਾ ਫੀਲ ਹੁੰਦਾ ਹੈ। ਜਿਹੜਾ ਬੰਦਾ ਓਵਰ ਸਟ੍ਰੈਸ ਰਹਿੰਦਾ, ਓਵਰ ਥਿੰਕਿੰਗ ਕਰਦਾ ਨਾ, ਇਹ ਫੈਕਟਰੀ ਉਹ ਪ੍ਰੋਡਕਟ ਬਣਾਉਣਾ ਬੰਦ ਕਰ ਦਿੰਦੀ ਹੈ, ਜਿਹਨੂੰ ਹੈਪੀ ਹਾਰਮੋਨਸ ਆਪਾਂ ਕਹਿ ਰਹੇ ਹਾਂ। ਜੇ ਬਹੁਤ ਦੇਰ ਤੱਕ ਇਹ ਬੰਦ ਹੋ ਜਾਣ ਨਾ ਬਣਨੇ, ਬਹੁਤ ਦੇਰ ਤੱਕ ਬੰਦਾ ਉਦਾਸ ਰਹੇ, ਖਿਝਿਆ ਰਹੇ ਜਾਂ ਗੁੱਸੇ 'ਚ ਰਹੇ, ਫਿਰ ਇਹ ਫੈਕਟਰੀ ਬੰਦ ਹੀ ਹੋ ਜਾਂਦੀ ਹੈ। ਨਿਊਰੋਨਸ ਬਣਨੇ, ਚੱਲਣੀ ਉਹ ਬੰਦ ਹੋ ਜਾਂਦੀ ਹੈ, ਇਹ 'ਚ ਕਦੇ ਵੀ ਹੈਪੀ ਹਾਰਮੋਨਸ ਨਹੀਂ ਬਣਦੇ, ਜਿਹਦੇ ਨਾਲ ਫਿਰ ਤੁਸੀਂ ਬਹੁਤ ਦੇਖਿਆ ਹੋਣਾ ਲੋਕਾਂ ਨੂੰ, ਫਿਰ ਉਹ ਕਹਿੰਦੇ ਸਾਨੂੰ ਡਿਪਰੈਸ਼ਨ ਹੋ ਗਿਆ, ਵੀ ਸਾਨੂੰ ਕੁਛ ਵੀ ਚੰਗਾ ਨਹੀਂ ਲੱਗਦਾ, ਨਾ ਸਾਨੂੰ ਕਿਤੇ ਆਉਣਾ ਜਾਣਾ ਚੰਗਾ ਲੱਗਦਾ, ਨਾ ਕੋਈ ਭੰਗੜਾ ਪਾਉਣਾ ਚੰਗਾ ਲੱਗਦਾ, ਬਸ ਕਮਰੇ 'ਚ ਬੰਦ ਰਹਿੰਦੇ ਹਾਂ, ਨਾ ਕਿਸੇ ਨਾਲ ਗੱਲ ਕਰਨੀ ਵਧੀਆ ਲੱਗਦੀ ਹੈ। ਅਸਲ 'ਚ ਉਹਦੇ ਉਹ ਕੈਮੀਕਲਸ ਬਣਨੇ ਬੰਦ ਹੋ ਗਏ। ਹੁਣ ਇਹ ਕੈਮੀਕਲਸ ਬਣਨੇ ਕਿਵੇਂ ਹੈ? ਜਾਂ ਤਾਂ ਮੈਡੀਸਨ ਖਾਓਗੇ ਤੁਸੀਂ, ਮੈਡੀਸਨ ਟੈਂਪਰਰੀ ਹੈ, ਜਿੰਨੀ ਦੇਰ ਖਾਈ ਜਾਊਂਗੇ ਉਨੀ ਦੇਰ ਠੀਕ ਰਹੋਗੇ, ਪਰ ਪਰਮਾਨੈਂਟ ਸਲਿਊਸ਼ਨ ਕੀ ਹੈ? ਪਰਮਾਨੈਂਟ ਸਲਿਊਸ਼ਨ ਹੈਗਾ ਕਾਊਂਸਲਿੰਗ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਜਿੰਨੀ ਵਿਚਾਰਧਾਰਾ ਹੈ, ਫਿਲੋਸਫੀ ਹੈ ਨਾ, ਉਹ ਸਾਰੀ ਮਨ 'ਤੇ ਖੜੀ ਹੈ, ਕਿਉਂਕਿ ਡਿਪਰੈਸ਼ਨ ਮਨ ਦੀ ਉਹ ਖੇਡ ਹੈ, ਇੱਧਰੋਂ ਕੁੱਟਣਾ ਮਨ, ਇੱਧਰ ਲਾਉਣਾ, ਇੰਨਾ ਜਿਹਾ ਕੰਮ ਹੈ। ਡਿਪਰੈਸ਼ਨ ਦਿਨਾਂ 'ਚ ਵੀ ਠੀਕ ਹੋ ਸਕਦਾ ਹੈ, ਭਾਵੇਂ ਤੁਸੀਂ 15 ਸਾਲ ਤੋਂ ਗੋਲੀ ਖਾ ਰਹੇ ਹੋ, 20 ਸਾਲ ਤੋਂ ਖਾ ਰਹੇ ਹੋ, ਭਾਵੇਂ 2 ਮਹੀਨੇ ਤੋਂ ਖਾ ਰਹੇ ਹੋ, ਇਹਦੀਆਂ ਸਟੇਜਿਸ ਨੇ। ਜਿਵੇਂ ਜਿਵੇਂ ਸਟੇਜਿਸ ਵਧੀ ਜਾਣਗੀਆਂ, ਬਿਮਾਰੀ ਪੁਰਾਣੀ ਹੋਈ ਜਾਊਗੀ ਮਾਨਸਿਕ ਤੌਰ 'ਤੇ, ਤੁਸੀਂ ਇਹ ਉਨੀ ਉਹ ਔਖੀ ਹੋ ਜਾਂਦੀ ਹੈ, ਪਰ ਇਹ ਇੰਪੋਸੀਬਲ ਨਹੀਂ ਹੈਗੀ। ਡਿਪਰੈਸ਼ਨ 100% ਕਿਊਰੇਬਲ ਹੈ। ਇਹ ਸੈਸ਼ਨ ਇਸੇ ਲਈ ਅਸੀਂ ਪੰਜਾਬ ਤੋਂ ਸ਼ੁਰੂ ਕਰਿਆ। ਦੇਖੋ ਜਿਹੜੀ ਮੇਰੀ ਫਿਲੋਸਫੀ ਇਹ ਹੈ, ਜੇ ਮੇਰੀ ਜ਼ਿੰਦਗੀ ਬਹੁਤ ਕੀਮਤੀ ਹੈ ਤਾਂ ਤੁਹਾਡੀ ਵੀ ਜ਼ਿੰਦਗੀ ਉਨੀ ਉਹ ਕੀਮਤੀ ਹੈ, ਤੁਹਾਡੇ ਬੱਚਿਆਂ ਦੀ ਵੀ ਉਨੀ ਉਹ ਕੀਮਤੀ ਹੈ। ਜ਼ਿੰਦਗੀ ਦਾ ਇੱਕ ਇੱਕ ਸੈਕਿੰਡ, ਇੱਕ ਇੱਕ ਪਲ ਬਹੁਤ ਕੀਮਤੀ, ਇਹਨੂੰ ਜ਼ਾਇਆ ਨਾ ਕਰੀਏ। ਜਦੋਂ ਟੈਨਸ਼ਨ ਘਰ 'ਚ ਕਲੇਸ਼ ਹੋ ਜਾਂਦਾ ਨਾ, ਜਾਂ ਬਿਜ਼ਨਸ ਲੋਸ ਹੋ ਗਿਆ ਜਾਂ ਕੁਛ ਵੀ ਹੋ ਗਿਆ, ਉੱਥੇ ਬੰਦਾ ਸੋਚਣ ਲੱਗ ਜਾਂਦਾ, ਹੁਣ ਮੇਰਾ ਕੀ ਬਣੂਗਾ, ਮੇਰਾ ਜ਼ਿੰਦਗੀ ਖਰਾਬ ਹੋ ਗਈ। ਮੰਨ ਲਓ ਕਿਸੇ ਨੇ ਤੁਹਾਡਾ 1 ਕਰੋੜ ਦਾ ਨੁਕਸਾਨ ਕਰਤਾ, ਤੁਹਾਡੇ ਕੋਲ ਸੀਗਾ ਹੀ 1 ਕਰੋੜ, ਜੀਰੋ 'ਤੇ ਆ ਕੇ ਨਾ ਤੁਸੀਂ ਡਿਪਰੈਸ਼ਨ 'ਚ ਲੈ ਗਏ, ਤੁਸੀਂ ਦਾਰੂ ਪੀਣ ਲੱਗ ਗਏ, ਨਸ਼ਿਆਂ 'ਤੇ ਲੱਗ ਗਏ, ਘਰੇ ਕਲੇਸ਼, ਘਰ ਵਾਲੀ ਨਾਲ, ਨਿਆਣੇ ਨਾਲ ਕਲੇਸ਼, ਉਹਦੇ ਨਾਲ ਕੁਛ ਨਹੀਂ ਹੋਣਾ। ਇੱਥੇ ਗੁਰੂ ਨਾਨਕ ਸਾਹਿਬ ਪਤਾ ਕੀ ਕਹਿੰਦੇ ਆ? ਉਹ ਕਹਿੰਦੇ ਆ, ਗੁਰੂ ਅਰਜਨ ਦੇਵ ਜੀ ਸੁਖਮਣੀ ਸਾਹਿਬ ਦੇ ਵਿੱਚ ਬਹੁਤ ਪਿਆਰ ਨਾਲ ਕਾਊਂਸਲਿੰਗ ਕਰਦੇ, ਉਹ ਕਹਿੰਦੇ, ਜੋ ਹੋਵਾ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੈ। ਵੀ ਜਿਹੜਾ ਕੁਛ ਹੋਣਾ ਸੀ ਉਹ ਹੋ ਗਿਆ ਨਾ, ਤੂੰ ਰੋਕ ਨਹੀਂ ਨਾ ਪਾਇਆ, ਤੂੰ ਉਹਨਾਂ ਨੂੰ ਭਾਣਾ ਮੰਨ ਕੇ ਮੂਵ ਔਨ ਹੋ, ਕਿਉਂਕਿ ਮੂਵ ਔਨ ਹੋਣਾ ਹੀ ਡਿਪਰੈਸ਼ਨ 'ਚੋਂ ਨਿਕਲਣ ਦਾ ਸਭ ਤੋਂ ਵੱਡਾ ਜ਼ਰੀਆ ਹੈ, ਹੋਰ ਕੋਈ ਇਲਾਜ ਹੀ ਨਹੀਂ ਹੈਗਾ। ਬਿਲਕੁਲ, ਮੂਵ ਔਨ ਦੀ ਤੁਸੀਂ ਗੱਲ ਕਰਦੇ ਹੋ, ਇਹ ਮੂਵ ਔਨ ਸ਼ਬਦ ਆ ਨਾ, ਇਹ ਜੇ ਨਵੀਂ ਜਨਰੇਸ਼ਨ ਦੇ ਵਿੱਚ ਆਪਾਂ ਦੇਖਦੇ ਹਾਂ ਤੇ ਇਹ ਮੂਵ ਔਨ ਸ਼ਬਦ ਆਮ ਬਹੁਤ ਜ਼ਿਆਦਾ ਵਰਤਿਆ ਜਾਂਦਾ, ਉਹ ਇਸ ਰਿਲੇਸ਼ਨ ਤੇ, ਜਿਵੇਂ ਜਦੋਂ ਅਗਲਾ ਛੋਟੀ ਉਮਰ ਦੇ ਵਿੱਚ ਹੁੰਦਾ, ਅਟਰੈਕਸ਼ਨ ਹੁੰਦੀ ਹੈ, ਬਿਲਕੁਲ ਹੋ ਜਾਂਦੀ ਹੈ, ਬਿਲਕੁਲ ਹੋ ਜਾਂਦੀ ਹੈ, ਜਦੋਂ ਉਹ ਇੱਕ ਨਵੇਂ ਰਿਸ਼ਤੇ ਨਾਲ ਜੋੜਨ ਦੀ ਉਹ ਕੋਸ਼ਿਸ਼ ਕਰਦਾ ਕਿ ਮੈਂ ਸ਼ਾਇਦ ਇਸ ਜ਼ਿੰਦਗੀ ਨੂੰ ਆਪਣੀ ਗਾਂਹ ਤੱਕ ਲੈ ਕੇ ਜਾਊਂਗਾ, ਪਰ ਉਹ ਨਹੀਂ ਲੈ ਪਾਉਂਦਾ, ਫਿਰ ਉਹਨਾਂ ਦੇ ਆਸ ਪਾਸ ਦੇ ਸਗੇ ਸੰਬੰਧੀ ਦੋਸਤ ਮਿੱਤਰ ਉਹਨੂੰ ਸਹਾਰਾ ਦਿੰਦੇ ਨੇ, ਮੂਵ ਔਨ ਕਰ, ਪਰ ਉਹ ਨਹੀਂ ਕਰ ਪਾਉਂਦਾ, ਇਹ ਵੀ ਇੱਕ ਡਿਪਰੈਸ਼ਨ ਦਾ। ਉਹਦਾ ਦੇਖੋ ਰੀਜ਼ਨ ਪਤਾ ਕੀ ਹੈ? ਦੇਖੋ ਹੁਣ ਸਾਡੇ ਵਰਗੇ ਐਕਸਪਰਟ ਨੇ,
ਸਾਨੂੰ ਐਕਸਪੀਰੀਅੰਸ ਹੈ 16-17 ਸਾਲਾਂ ਦਾ, ਅੱਗੇ ਵੀ ਸਾਡੀ ਰਿਸਰਚ ਚੱਲਦੀ ਪਈ ਹੈ। ਹੁਣ ਇੱਕ ਚਲੋ ਆਪਾਂ ਕਹਿੰਦੇ ਇੱਕ ਮੁੰਡਾ ਆ ਗਿਆ, ਉਹਦਾ ਰਿਲੇਸ਼ਨਸ਼ਿਪ ਸੀਗਾ ਕਿਸੇ ਕੁੜੀ ਨਾਲ ਜਾਂ ਕੁੜੀ ਦਾ ਮੁੰਡੇ ਨਾਲ, ਉਹ ਰਿਲੇਸ਼ਨਸ਼ਿਪ ਟੁੱਟ ਗਿਆ ਕਿਸੇ ਕਾਰਨ ਕਰਕੇ, ਦੋਨੇ ਜਾਣਾ ਕੋਈ ਨਾ ਕੋਈ ਉਹਨਾਂ 'ਚੋਂ ਡਿਪਰੈਸ਼ਨ 'ਚ ਚਲੇ ਗਿਆ। ਹੁਣ ਉਹਨੂੰ ਕਹੇ ਤੂੰ ਛੱਡ ਦੇ ਪੁਰਾਣੀਆਂ ਗੱਲਾਂ, ਭੁੱਲ ਜਾ। ਜਿਹੜੀ ਜਿਹੜੀ ਚੀਜ਼ਾਂ ਆਪਾਂ ਸਾਡੇ ਨਾਲ ਬੀਤ ਚੁੱਕੀਆਂ ਜਾਂ ਹੋ ਚੁੱਕੀਆਂ, ਉਹ ਬੰਦਾ ਕਦੇ ਨਹੀਂ ਭੁੱਲ ਸਕਦਾ। ਕਹਿਣ ਦੀਆਂ ਗੱਲਾਂ ਨੇ, ਜਿਵੇਂ ਇੱਕ ਸੱਟ ਫੱਟ ਲੱਗ ਗਿਆ ਸਰੀਰ 'ਤੇ, ਨਿਸ਼ਾਨ ਤਾਂ ਉਹਦਾ ਰਹਿਣਾ ਹੀ ਰਹਿਣਾ। ਸੇਮ ਵੇ ਮਨ 'ਤੇ ਜਦੋਂ ਕਿਸੇ ਗੱਲ ਦਾ ਅਸਰ ਹੁੰਦਾ ਨਾ, ਉਹ ਮਨ ਦੇ ਅੰਦਰ ਪਈਆਂ ਨੇ ਚੀਜ਼ਾਂ, ਪਰ ਅਸੀਂ ਕੀ ਕਰਦੇ ਹਾਂ, ਉਹਨੂੰ ਹਮੇਸ਼ਾ ਜਗਾ ਕੇ ਰੱਖਦੇ ਹਾਂ, ਉਹਦੇ ਬਾਰੇ ਸੋਚਦੇ ਹਾਂ, ਗੱਲ ਕਰਦੇ ਹਾਂ। ਮੂਵ ਔਨ ਹੋਣ ਦਾ ਮਤਲਬ ਇਹ ਹੈ ਵੀ ਜ਼ਿੰਦਗੀ ਕਿਸੇ ਲਈ ਨਹੀਂ ਰੁਕਦੀ। ਜੇ ਮੇਰੇ ਨਾਲ 10 ਸਾਲ ਪਹਿਲਾਂ ਕੁਛ ਹੋਇਆ ਤਾਂ ਉਮਰ ਤਾਂ ਮੇਰੀ ਅੱਜ ਵੀ ਵੱਧਦੀ ਪਈ ਹੈ, ਉਮਰ ਤਾਂ ਨਹੀਂ ਰੁਕੀ। ਹੁਣ ਮੈਂ ਹੋਰ ਵੱਡੀ ਐਗਜ਼ਾਮਪਲ ਦਿੰਦਾ, ਜਿਹੜੇ ਲੋਕ ਇੱਕੋ ਚੀਜ਼ ਬਾਰੇ ਸੋਚੀ ਜਾਂਦੇ ਨਾ, ਥੋਟਸ ਨੂੰ ਉੱਥੇ ਘੁਮਾਈ ਜਾਂਦੇ ਆ। ਸਵੇਰੇ ਸੂਰਜ ਉੱਗਦਾ, ਆਪਾਂ ਸਾਰੇ ਦੇਖਦੇ ਨਾ ਸੂਰਜ ਉੱਗਦਾ, ਇਹ ਇੱਕ ਨੇਚਰ ਫਲੋ 'ਚ ਚੱਲਦੀ ਹੈ। ਸੂਰਜ 11 ਕੁ ਵਜੇ ਆ ਕੇ ਖੜ ਜਾਵੇ, ਉਹ ਅੱਗੇ ਵਧੇ ਹੀ ਨਾ, ਦੁਨੀਆ 'ਤੇ ਤਰਥੱਲੀ ਨਹੀਂ ਮੱਚ ਜਾਊਗੀ। ਚੰਦਰਮਾ ਰਾਤ ਨੂੰ ਜਿਹੜੀ ਡਾਇਰੈਕਸ਼ਨ 'ਚ ਉਹ ਚੱਲ ਰਿਹਾ, ਉਹ ਤੋਂ ਹੋਰੇ ਪਾਸੇ ਨੂੰ ਚਲੇ ਜਾਵੇ। ਪਾਣੀ ਦੇ ਉਛਾਲਾਂ, ਸੁਨਾਮੀਆਂ ਐਡੀ ਐਡੀਆਂ ਵੱਡੀਆਂ ਆ ਜਾਣਗੀਆਂ, ਤੁਸੀਂ ਸੋਚ ਵੀ ਨਹੀਂ ਸਕਦੇ। ਸੇਮ ਚੀਜ਼ ਸਾਡੇ ਅੰਦਰ ਹੁੰਦੀ ਹੈ, ਕਿਉਂਕਿ ਜੋ ਬ੍ਰਹਿਮੰਡ ਹੈ ਸੋ ਹੀ ਪਿੰਡ ਹੈ, ਜੋ ਖੋਜੈ ਸੋ ਪਾਵੇ, ਗੁਰੂ ਗ੍ਰੰਥ ਸਾਹਿਬ ਦੇ ਅਕਾਰਡਿੰਗ। ਜੇ ਬਾਹਰ ਜ਼ਿਆਦਾ ਕੁਛ ਪਿਆ, ਇਹਦਾ ਮਤਲਬ ਅੰਦਰ ਵੀ ਹੈਗਾ। ਜੇ ਬਾਹਰ ਤਰਥੱਲੀ ਮੱਚ ਸਕਦੀ ਹੈ, ਸਾਡੇ ਅੰਦਰ ਤਾਂ ਰੋਜ਼ ਮੱਚੀ ਰਹਿੰਦੀ ਤਰਥੱਲੀ, ਅਤੇ ਉਹ ਦਵਾਈਆਂ ਨਾਲ ਇਕੱਲੀਆਂ ਨਾਲ ਕਿਵੇਂ ਠੀਕ ਹੋ ਜਾਊਗਾ? ਪਰ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਜ਼ਰੂਰ ਪੁੱਛਣਾ ਚਾਹੂੰਗਾ, ਕਹਿੰਦੇ ਇਨਸਾਨ ਆਪਣੀ ਮਦਦ ਆਪ ਕਰਦਾ, ਬਿਲਕੁਲ, ਜਦੋਂ ਤੱਕ ਉਹ ਆਪਣੇ ਮਨ ਦੇ ਵਿੱਚ ਆਪ ਨਹੀਂ ਧਾਰ ਲੈਂਦਾ, ਬਿਲਕੁਲ, ਕਿ ਮੈਂ ਠੀਕ ਹੋਣਾ ਜਾਂ ਮੈਂ ਇਸ ਚੀਜ਼ 'ਚੋਂ ਬਾਹਰ ਨਿਕਲਣਾ ਜਾਂ ਮੈਂ ਕੋਈ ਦਵਾਈ ਛੱਡਣੀ ਹੈ ਜਾਂ ਮੈਂ ਕਿਸੇ ਰੋਗ ਨੂੰ ਦੂਰ ਕਰਨਾ ਆਪਣੇ ਆਪ ਦਾ ਖਿਆਲ ਰੱਖ ਕੇ, ਜਦੋਂ ਤੱਕ ਇਨਸਾਨ ਨਹੀਂ ਕਰ ਪਾਉਂਦਾ, ਜੇ ਤੁਸੀਂ ਕਾਉਂਸਲਿੰਗ ਕਰਦੇ ਹੋ, ਇਨਸਾਨ ਨੇ ਮਨ ਦੇ ਵਿੱਚ ਸੋਚਿਆ ਹੋਇਆ ਕਿ ਮੈਂ ਠੀਕ ਨਹੀਂ ਹੋਣਾ, ਮੈਂ ਅੱਗੇ ਨਹੀਂ ਵਧਣਾ, ਤੁਹਾਨੂੰ ਲੱਗਦਾ ਫਿਰ ਉਹ ਠੀਕ ਹੋ ਜਾਵੇ? ਦੇਖੋ, ਸਿਰਫ ਕਹਿਣਾ ਗੱਲ ਹੋਰ ਹੁੰਦੀ ਹੈ, ਕਾਉਂਸਲਿੰਗ ਜਿਹੜਾ ਮੇਰਾ ਕੰਟੈਂਟ ਹੈ, ਚਲੋ ਇੱਕ ਗੱਲ ਮੈਂ ਸਮਝਾਤੀ ਵੀ ਆਹ ਚੀਜ਼ ਤੈਨੂੰ ਕਰਨੀਆਂ ਚਾਹੀਦੀਆਂ, ਪਰ ਉਹਨੂੰ ਪਤਾ ਪਹਿਲਾਂ ਵੀ ਹਾਂ ਮੈਂ ਇਹ ਕਰੂੰਗਾ ਠੀਕ ਹੋ ਜੂ, ਪਰ ਉਹ ਨਹੀਂ ਕਰ ਰਿਹਾ। ਮੈਂ ਕੀ ਕਰਦਾ, ਉਹ ਤੋਂ ਪ੍ਰੈਕਟੀਕਲੀ ਕਰਵਾਉਂਦਾ, ਕੋਈ ਥੈਰੇਪੀਆਂ ਨੇ, ਬਰੀਦਿੰਗ ਥੈਰੇਪੀਜ਼ ਆ, ਉਹ ਤੋਂ ਕਰਵਾਉਣੀ ਆ ਆਪਣੇ ਸਾਹਮਣੇ ਆਪਣੇ ਸੈਸ਼ਨਸ ਦੇ ਵਿੱਚ। ਫਿਰ ਮੈਡੀਟੇਸ਼ਨ ਟੈਕਨੀਕਸ ਹੈਲਪ ਆਊਟ ਕਰਦੀ ਹੈ ਬੰਦੇ ਨੂੰ ਪਰਮਾਨੈਂਟਲੀ ਇਸ ਕੋਡ 'ਚੋਂ ਬਾਹਰ ਨਿਕਲਣ ਦੇ ਲਈ, ਕਿਉਂਕਿ ਜਿਹੜਾ ਮੈਡੀਟੇਸ਼ਨ ਕੋਨਸੈਪਟ ਹੈ ਨਾ, ਮੈਂ ਇੱਕ ਵਾਰੀ ਇੰਗਲੈਂਡ ਗਿਆ ਅਤੇ ਉੱਥੇ ਕੋਈ ਮੈਨੂੰ ਗੋਰੀ ਮਿਲੀ, ਪਲੇਨ ਦੇ ਵਿੱਚ ਸੀਗੇ ਅਸੀਂ, ਅਤੇ ਮੈਂ ਇੰਗਲੈਂਡ ਪਹੁੰਚਿਆ, ਉਹ ਮੇਰੇ ਨਾਲ ਦਿੱਲੀ ਤੋਂ ਏਅਰਪੋਰਟ ਤੋਂ ਚੜ੍ਹੀ ਸੀਗੀ, ਅਤੇ ਉਹ ਅਸੀਂ ਗੱਲਾਂ ਕਰਨ ਲੱਗ ਗਿਆ। ਉਹ ਕਹਿੰਦੀ ਮੈਂ ਨਾ ਐਗਜ਼ਾਇਟੀ ਦੇ ਵਿੱਚ ਬਹੁਤ ਜ਼ਿਆਦਾ ਗ੍ਰਸਤ ਹੋ ਗਈ ਸੀ ਵੀ ਮੈਨੂੰ ਸਮਝ ਨਹੀਂ ਆ ਰਹੀ ਸੀ, ਪਰ ਜਿਹੜੇ ਮੈਨੂੰ ਸੈਂਟਰ 'ਚ ਫਿਰ ਉਹ ਲੈ ਕੇ ਗਏ ਨਾ, ਉਹਨਾਂ ਨੇ ਮੈਨੂੰ ਮੈਡੀਟੇਸ਼ਨ ਕਰਵਾਈ। ਮੈਂ ਕਿਹਾ ਮੈਡੀਟੇਸ਼ਨ ਕਿਉਂ ਬਾਈ? ਕਹਿੰਦੇ ਉਹ ਕਹਿੰਦੇ ਹੈ ਵੀ ਜਿਹੜੀ ਯੂਨੀਵਰਸਲ ਐਨਰਜੀ ਆ ਨਾ, ਯੂਨੀਵਰਸ ਐਨਰਜੀ ਹੈ, ਉਹ ਸਾਡੇ ਸਾਰਿਆਂ ਦੇ ਵਿੱਚ ਹੈ। ਜਦੋਂ ਅਸੀਂ ਮੈਡੀਟੇਸ਼ਨ ਕਰਦੇ ਹਾਂ, ਸਾਡੇ ਜਿਹੜੇ ਬ੍ਰੇਨ ਦੇ ਵਿੱਚ ਜਿਹੜੇ ਵਿਚਾਰ ਰੁਕੇ ਹੋਏ, ਇੱਕ ਫਲੋ ਹੁੰਦਾ। ਮੈਂ ਪਹਿਲਾਂ ਵੀ ਕਿਹਾ ਵੀ ਸਾਡੀ ਐਨਰਜੀ ਇੱਕ ਫਲੋ ਚੱਲਦੀ ਹੈ, ਵਿਚਾਰ ਜਦੋਂ ਰੁਕ ਜਾਂਦੇ ਸਾਡਾ ਫਲੋ ਰੁਕ ਜਾਂਦਾ। ਮੈਡੀਟੇਸ਼ਨ ਦਾ ਕੀ ਕੰਮ ਹੈ? ਉਹ ਫਲੋ ਨੂੰ ਦੁਬਾਰਾ ਚਲਾਉਣਾ ਹੈ। ਜਦੋਂ ਫਲੋ ਚੱਲਣ ਲੱਗ ਗਿਆ, ਗੰਦਲਾ ਪਾਣੀ ਪਰੇ ਜਾਣ ਲੱਗ ਗਿਆ, ਨਵਾਂ ਪਾਣੀ ਦਾ ਸਰਕਲ ਚੱਲ ਪਿਆ, ਹੌਲੀ ਹੌਲੀ ਉਹਦੀ ਸਫਾਈ ਹੋਣੀ ਸ਼ੁਰੂ ਹੋ ਜਾਣੀ ਹੈ। ਹੁਣ ਜੇ ਆਪਾਂ ਇਵੈਂਟ ਦੀ ਗੱਲ ਕਰੀਏ ਤਾਂ ਇਵੈਂਟ ਦੇ ਉੱਤੇ ਆਪਾਂ ਕਿੰਨੀ ਏਜ ਤੱਕ ਦੇ ਪ੍ਰੈਫਰ ਕਰ ਰਹੇ? ਦੇਖੋ, ਓਪਨ ਫਾਰ ਆਲ ਹੈ ਇਹ, ਜੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹੈ, ਕਿਉਂਕਿ ਇਹਦੇ ਵਿੱਚ ਆਪਾਂ ਤੁਹਾਨੂੰ ਨੌਲੇਜ ਅਤੇ ਅਵੇਅਰ ਕਰਨਾ। ਦੇਖੋ, ਬੱਚਿਆਂ ਨੂੰ ਜੇ ਅੱਜ ਅਵੇਅਰਨੈਸ ਹੋ ਜੂਗੀ, ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਆਪ ਨੂੰ ਮੈਨੇਜ ਕਰ ਲੈਣਗੇ ਜੇ ਕੋਈ ਸਟ੍ਰੈਸ ਵਰਗੀ ਪ੍ਰੋਬਲਮ ਆਉਂਦੀ ਹੈ। ਪਰ ਜੇ ਕੋਈ ਇਸ ਪ੍ਰੋਬਲਮ ਦੇ ਵਿੱਚ ਹੈਗਾ ਤਾਂ ਉਹ ਜ਼ਰੂਰ ਆਵੇ, ਅਟੈਂਡ ਕਰੇ। ਫੀਸ ਬਹੁਤ ਵਾਜਿਬ ਰੱਖੀ ਅਸੀਂ, ਕਿਉਂਕਿ ਪਤਾ ਕੀ ਹੈ, ਹੁਣ ਬਿਜ਼ੀਨੈਸ ਹੋਣ ਕਰਕੇ ਬਹੁਤ ਬਿਜ਼ੀ ਹੋ ਗਿਆ ਸ਼ਡਿਊਲ ਸਾਡਾ, ਜਿਹਦੇ ਕਰਕੇ ਇੱਕ ਇੱਕ ਕਾਲ ਅਟੈਂਡ ਨਹੀਂ ਹੁੰਦੀ। ਉਹਦੇ ਕਰਕੇ ਪੰਜਾਬ ਤੋਂ ਅਸੀਂ ਸ਼ੁਰੂ ਕਰਿਆ ਆਡੀਟੋਰੀਅਮ ਸੈਸ਼ਨਸ, ਵੀ ਇੱਕ ਇੱਕ ਸਾਰੇ ਇੱਕ ਇੱਕ ਸੈਸ਼ਨ ਅਟੈਂਡ ਕਰੋ ਇਕੱਠੇ, ਬਲਕ ਮਾਸ ਕਾਉਂਸਲਿੰਗ ਕਹਿੰਦੇ ਨੂੰ ਆਪਾਂ, ਜਿਹਦੇ ਵਿੱਚ ਤੁਹਾਡੇ ਤੋਂ ਉੱਥੇ ਹੀ ਪ੍ਰੈਕਟੀਕਲ ਕਰਵਾਵਾਂਗੇ। ਘਬਰਾਹਟ ਤਾਂ ਤੁਹਾਡੀ ਪਹਿਲੇ ਸੈਸ਼ਨ 'ਚ ਹੀ ਬੰਦ ਹੋ ਜਾਣੀ। ਪੇਰੈਂਟਸ ਦੇ ਨਾਲ ਬੱਚੇ ਜੇ ਆਉਣ, ਜਿਵੇਂ ਕਈ ਵਾਰ ਕੀ ਹੁੰਦਾ ਕਿ ਪੇਰੈਂਟਸ ਅਤੇ ਬੱਚੇ ਦਾ ਆਪਸ ਦੇ ਵਿੱਚ ਮੇਲ ਮਿਲਾਪ ਸਹੀ ਢੰਗ ਨਾਲ ਨਹੀਂ ਹੁੰਦਾ, ਬੱਚਾ ਜਾਂ ਖੁੱਲ੍ਹ ਕੇ ਗੱਲ ਨਹੀਂ ਕਰ ਪਾਉਂਦਾ, ਜਾਂ ਪੇਰੈਂਟਸ ਹੀ ਕਈ ਵਾਰ ਬੱਚੇ ਨਾਲ ਜ਼ਿਆਦਾ ਤਰੀਕੇ ਨਾਲ ਗੱਲ ਨਹੀਂ ਕਰ ਪਾਉਂਦੇ, ਤਾਂ ਬੱਚੇ ਨੂੰ ਜਾਂ ਕਈ ਵਾਰ ਫੀਲ ਲੱਗਦਾ ਹੁੰਦਾ, ਪੇਰੈਂਟਸ ਤਾਂ ਚਲੋ ਚੰਗੇ ਹੀ ਹੁੰਦੇ ਨੇ, ਉਹ ਵੀ ਆਪਣੇ ਨਾਲ ਆ ਸਕਦੇ। ਬਿਲਕੁਲ, ਡੈਫੀਨੇਟਲੀ ਤੁਸੀਂ ਆਹ ਨੰਬਰ ਦਿੱਤਾ, ਤੁਸੀਂ ਇਹ ਸਾਡੀ ਟੀਮ ਹੈ, ਇਹਨਾਂ ਨੂੰ ਕਾਲ ਕਰਕੇ ਆਪਣੀ ਸੀਟ ਰਿਜ਼ਰਵ ਕਰਾਓ, ਕਿਉਂਕਿ ਇਹ ਤਾਂ ਅਸੀਂ ਸ਼ੁਰੂ ਕਰੇ ਹਾਂ ਹੁਣ ਸੈਸ਼ਨ, ਆਉਣ ਵਾਲੇ ਟਾਈਮ 'ਤੇ ਅਸੀਂ ਹੋਰ ਵੱਡੇ ਲੈਵਲ ਦੀਆਂ ਚੀਜ਼ਾਂ ਨੂੰ ਲੈ ਕੇ ਜਾਣਾ ਚਾਹੁੰਦੇ ਹਾਂ। ਮੇਰਾ ਮੇਨ ਮੋਟਿਵ ਜ਼ਿੰਦਗੀ ਦਾ ਵਿਜ਼ਨ ਇਹ ਹੈ ਵੀ ਡਿਪਰੈਸ਼ਨ ਨੂੰ ਘਰ ਘਰ 'ਚੋਂ ਖਤਮ ਕਰਨਾ, ਗੁਰੂ ਨਾਨਕ ਸਾਹਿਬ ਦੀ ਫਿਲੋਸਫੀ ਦੇ ਨਾਲ, ਕਿਉਂਕਿ ਇੱਕ ਨਿਰੋਲ ਬ੍ਰਹਮ ਦੀ ਗੱਲ ਹੈ। ਦੇਖੋ, ਆਪਾਂ ਸਾਰੇ ਜੋਤ ਹੈ, ਆਪਾਂ ਐਨਰਜੀ ਹਾਂ ਸਾਰੇ ਜਾਣੇ, ਸਿਰਫ ਸਾਡੇ ਸਾਨੂੰ ਇਹ ਲੱਗਦਾ ਵੀ ਮੇਰੇ ਨਾਲ ਇਹ ਚੀਜ਼ਾਂ ਹੋ ਗਈਆਂ ਤਾਂ ਮੈਨੂੰ ਡਿਪਰੈਸ਼ਨ ਹੋ ਗਿਆ। ਡਿਪਰੈਸ਼ਨ ਸਿਰਫ ਇੱਕ ਰੁਕੇ ਹੋਏ ਵਿਚਾਰ ਨੇ, ਹੋਰ ਇਹ ਤੋਂ ਵੱਧ ਕੇ ਕੁਛ ਨਹੀਂ ਹੈਗਾ।
ਅੱਜ ਆ ਜਾਓਗੇ ਸੈਸ਼ਨ ਅਟੈਂਡ ਕਰ ਲਓਗੇ ਕੱਲ੍ਹ ਤੋਂ ਤੁਹਾਡੀ ਲਾਈਫ ਹੀ ਚੇਂਜ ਹੋ ਜਾਣੀ ਹੈ। ਤੁਸੀਂ ਆਪਣੇ ਆਪ ਕਹੋਗੇ ਯਾਰ ਸਾਡਾ ਨਜ਼ਰੀਆ ਹੀ ਚੇਂਜ ਹੋ ਗਿਆ ਜ਼ਿੰਦਗੀ ਜੀਣ ਦਾ, ਹੋਰ ਤਾਂ ਵੱਧ ਕੀ ਕਹਾਂ। ਬਿਲਕੁਲ ਜਿਵੇਂ ਭਾਈ ਤੁਸੀਂ ਆਉਂਦੇ ਜਾਓਗੇ ਉਸ ਹਿਸਾਬ ਨਾਲ ਤੁਹਾਨੂੰ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਨੇ ਉਹ ਇਹਦੇ ਵਿੱਚ ਇੱਕ ਹੋਰ ਜਿਹੜਾ ਮਾਇੰਡ ਦੇ ਵਿੱਚ ਲੋਕਾਂ ਦੇ ਗੱਲ ਆ ਉਹ ਮੈਂ ਜ਼ਰੂਰ ਪੁੱਛਣਾ ਚਾਹੂੰਗਾ। ਕੋਈ ਆ ਕੇ ਆਪਣੀ ਪਰਸਨਲ ਸ਼ੇਅਰਿੰਗ ਕਰਦਾ ਹੈ, ਪਰਸਨਲ ਗੱਲ ਦੱਸਦਾ, ਕੋਈ ਉਹਦੇ ਵਾਸਤੇ ਕੋਈ ਚੱਕਰ ਤਾਂ ਨਹੀਂ। ਦੇਖੋ ਜੇ ਕਿਸੇ ਨੂੰ ਆਪਣਾ ਕੋਈ ਗੱਲ ਡਿਸਕਸ ਕਰਨੀ ਤੁਹਾਨੂੰ ਮੌਕਾ ਦਿੱਤਾ ਜਾਊਗਾ, ਤੁਹਾਨੂੰ ਇਹ ਪ੍ਰੋਬਲਮ ਹੈ, ਜੇ ਤੁਹਾਨੂੰ ਇਹ ਪ੍ਰੋਬਲਮ ਮੇ ਵੀ 50 ਬੰਦਿਆਂ ਨੂੰ ਹੋਰ ਸੇਮ ਪ੍ਰੋਬਲਮ ਹੋਵੇ, ਉਹ ਤੋਂ ਬਾਅਦ ਇੱਕ ਹੋਰ ਮੇਰਾ ਪੇਜ ਹੈ ਲਾਈਫ ਕੋਚ ਰਣਦੀਪ ਸਿੰਘ 'ਤੇ ਜਾਓ, ਉੱਥੇ ਬਹੁਤ ਵੀਡੀਓਜ਼ ਪਈਆਂ ਨੇ ਮੇਰੀਆਂ, ਰੋਜ਼ ਇਸੇ ਚੀਜ਼ ਦੇ ਉੱਤੇ ਮੈਂ ਗੱਲ ਕਰਦਾ। ਤੁਸੀਂ ਖੁੱਲ੍ਹ ਕੇ ਆਪਣੇ ਵੀ ਵਿਚਾਰ ਰੱਖੋ, ਫਿਰ ਮੈਂ ਤੁਹਾਨੂੰ ਤੁਹਾਡੇ ਵਿਚਾਰਾਂ ਦੇ ਉੱਤੇ ਤੁਹਾਨੂੰ ਦੱਸਾਂਗਾ ਵੀ ਇਹ ਚੀਜ਼ਾਂ ਨੂੰ ਕਿਵੇਂ ਮੈਨੇਜ ਕਰਨਾ। ਬਾਕੀ ਉਹਦੇ ਵਿੱਚ ਅੱਧਾ ਘੰਟਾ ਤਾਂ ਮੈਡੀਟੇਸ਼ਨ ਉੱਤੇ ਤੁਹਾਨੂੰ ਸਮਝਾਉਣਾ ਵੀ ਮੈਡੀਟੇਸ਼ਨ ਕਰਨੀ ਕਿਵੇਂ ਆ, ਆਪਣੇ ਆਪ ਦੀ ਪ੍ਰੋਟੈਕਸ਼ਨ ਕਿਵੇਂ ਕਰਨੀ ਆ, ਨੈਗੇਟਿਵ ਐਨਰਜੀਆਂ ਆਪਣੇ ਅੰਦਰੋਂ ਕਿਵੇਂ ਕੱਢਣੀਆਂ ਨੇ ਅਤੇ ਬਲੋਕੇਜ ਨੂੰ ਕਿਵੇਂ ਫਲੋ 'ਚ ਲੈ ਕੇ ਆਉਣਾ, ਹਰ ਚੀਜ਼ ਦੀ ਟ੍ਰੇਨਿੰਗ ਦਿੱਤੀ ਜਾਊਗੀ। ਬਿਲਕੁਲ, ਅਸੀਂ ਵੀ ਇਹੀ ਉਮੀਦ ਰੱਖਾਂਗੇ, ਤੁਸੀਂ ਤੁਹਾਨੂੰ ਵੀ ਇਹ ਗੱਲਬਾਤ ਜਿਹੜੀ ਆ ਚੰਗੀ ਲੱਗੀ ਹੋਗੀ। ਬਹੁਤ ਬਹੁਤ ਧੰਨਵਾਦ ਸਰ, ਤੁਸੀਂ ਆਪਣਾ ਸਮਾਂ ਦਿੱਤਾ ਅਤੇ ਅਸੀਂ ਵੀ ਇਹੀ ਉਮੀਦ ਰੱਖਾਂਗੇ ਤੁਸੀਂ ਦਿੱਤੇ ਗਏ ਮੋਬਾਈਲ ਨੰਬਰ ਦੇ ਉੱਤੇ ਬੇਝਿਜਕ ਕਾਲ ਕਰ ਸਕਦੇ ਹੋ ਆਪਣੀ ਜਾਣਕਾਰੀ ਜਿਹੜੀ ਹੈ। ਜੇ ਤੁਸੀਂ ਸੀਟ ਬੁੱਕ ਕਰਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਮੋਬਾਈਲ ਨੰਬਰ ਦੇ ਉੱਤੇ ਜਗ੍ਹਾ ਅਤੇ ਆਪਣੀ ਸੀਟ ਬੁੱਕ ਜ਼ਰੂਰ ਕਰਵਾ ਸਕਦੇ ਹੋ। ਉਮੀਦ ਇਹੀ ਰੱਖਾਂਗੇ ਤੁਹਾਨੂੰ ਗੱਲਬਾਤ ਵਧੀਆ ਲੱਗੀ ਹੋਊਗੀ, ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਤਦ ਤੱਕ ਲਈ ਮੈਨੂੰ ਜਾਣੀ ਹਰਵਿੰਦਰ ਖੰਨਾ ਤੋਂ ਇਜਾਜ਼ਤ, ਦੇ ਦਿਨ ਨੂੰ ਰੈਮਡੀ, ਧੰਨਵਾਦ।